ਕੀ ਹਾਲ ਚਾਲ, ਆ ਕੇ ਰੀਲਾਂ ਤੇ ਚੱਲ ਰਹੀ ਤਰੱਕੀ ਦੇ ਨਾਲ, ਨਹੀਂ ਨਹੀਂ ਸਾਡੀ ਨਹੀਂ ਕਿਸੇ ਹੋਰ ਦੀ, ਆਓ ਸ਼ੁਰੂ ਕਰੀਏ। ਜੇ ਮੈਂ ਨਾ ਰਹਾ ਤੇਰੀ ਜ਼ਿੰਦਗੀ ਦੇ, ਇਹਨਾਂ ਨੂੰ ਤੁਸੀਂ ਜਾਣਦੇ ਹੋ, ਇਹ ਹੈ ਪੰਜਾਬ ਦੀ ਨੰਬਰ ਵਨ ਆਰਕੈਸਟਰਾ ਜੋੜੀ, ਕਿਉਂਕਿ ਸ਼ਰਮ ਨੂੰ ਹੱਥ ਮਾਰਨ 'ਚ ਤਾਂ ਸ਼ਰਮ ਕਰਦੇ ਨਹੀਂ ਇਹ, ਤਾਂ ਇਹ ਨੰਬਰ ਵਨ ਬਣੀ ਹੈ, ਗੰਦ ਬਾਬਾ ਚੱਲੀ ਜਾਂਦੇ ਹੈ। ਇਹ ਗੋਲੀ ਸਿਰਫ ਰੀਲਾਂ ਤੇ ਚੱਲਦੀ ਹੈ, ਸੈੱਟ ਤਾਂ ਐਂ ਕਰਦੀ ਪਈ ਹੈ ਜਿਵੇਂ AK-47 ਹੁੰਦੀ ਹੈ, ਤੇ ਪਿੱਛੇ ਵਾਲਾ ਵੇ ਖੁਸ਼ ਹੁੰਦਾ। ਜਿਵੇਂ ਪਿਸਤੌਲਾਂ ਇਹ ਘਰੇ ਬਣਾਉਂਦਾ ਹੁੰਦਾ, ਨੀਂਦ ਪਤਾ ਇਹਨੂੰ ਵੀ ਕੁਛ ਨਹੀਂ, ਤੋਂ ਵੱਡਾ ਦੁਨੀਆ ਦਾ ਬੇੜਾ ਕਰਕੇ ਤਾਂ ਇਹਨਾਂ ਦੇ ਕਲੇਸ਼ਾਂ ਨੇ ਕੀਤਾ ਪਿਆ ਸਾਰੇ ਕਿਤੇ ਹੀ। ਅੰਨੀ ਦੇ ਜੇ ਰੋਲਾ ਪਿਆ ਹੀ ਹੈ, ਤੁਸੀਂ ਘਰੇ ਬਹਿ ਕੇ ਸਲਝਾ ਲਓ, ਨਹੀਂ ਨਹੀਂ ਅਸੀਂ ਤਾਂ ਨੈੱਟ 'ਤੇ ਬੋਲਾਂਗੇ, ਅਤੇ ਇਹਦੀ ਜਨਾਨੀ ਇਹ ਨਹੀਂ ਇੱਕ ਹੋਰ ਹੈ ਉਹਦੇ ਨਾਲ ਵੀ ਮਨਾਉਂਦੇ ਹਾਂ। ਧੰਨਵਾਦ ਅੰਨੀ ਦੀ। ਮੈਂ ਜੋ ਸਮਝ ਨਹੀਂ ਆਉਂਦੀ ਸਾਲੀ, ਮੂੰਹ 'ਤੇ ਟੈਟੂ ਬਣੇ ਆ ਕਿ ਟੈਟੂਆਂ 'ਤੇ ਮੂੰਹ ਲੱਗਿਆ, ਇੱਕ ਤਾਂ ਇੰਨੇ ਟੈਟੂ, ਇਹ ਵੱਕੇ ਟੈਟੂ ਬਣੇ ਆ ਕਿ ਕਿਸੇ ਜਵਾਕ ਨੇ ਡਰਾਇੰਗ ਕੀਤੀ ਹੈ। ਇਹੀ ਟੈਲੈਂਟ ਹੈ ਇਹਦੇ 'ਚ, ਇਹਨੂੰ ਡਾਂਸ ਇਹਨੂੰ ਨਹੀਂ ਆਉਂਦਾ, ਲਿਪਸਿੰਗ ਇਹਨੂੰ ਨਹੀਂ ਕਰਨੀ ਆਉਂਦੀ ਅੰਨੀ ਜੀ ਨੂੰ, ਬਸ ਆਹੀ ਟੈਲੈਂਟ ਹੈ, ਚੁੱਤੜ ਦਿਖਾਓ ਅਤੇ ਲਾਈਕ ਪਾਓ, ਚੱਲੀ ਜਾਂਦਾ ਕਾਫੀ ਮਾਤਰਾ 'ਚ ਲਾਈਕ। ਅੰਨੀ ਦੇ ਟਾਇਰ ਅੱਧ ਕਿੱਧਰ ਨੂੰ ਗਿਆ ਬਸਦਾ ਹੀ ਹੈ। ਧੱਕਾ ਤਾਂ ਬਹੁਤ ਹੋਇਆ ਪਿਆਰ ਨਾਲ, ਤਾਂ ਨਹੀਂ ਨਹੀਂ ਪਿਆਰ ਨਾਲ ਐਡੀ ਸੋਚ ਨਹੀਂ ਆਉਂਦੀ, ਪਤਾ ਲੱਗਦਾ ਧੱਕਾ ਹੋਇਆ, ਸ਼ਰਮ ਨਹੀਂ ਆਉਂਦੀ ਤੈਨੂੰ, ਕੁਛ ਹੈ ਇਹ 'ਚ ਸਵਾਦ ਖਾਣ ਨੂੰ, ਕੋਈ ਮੂੰਹ ਦਿਖਾ ਲਿਆ ਕਰਕੇ ਮੂੰਹ ਲਾਈਕ ਨਹੀਂ ਹੁੰਦੇ ਇਹਦੇ ਨਾਲ, ਨਹੀਂ ਨਹੀਂ ਉਹ ਕੌਣ ਵੇਖਦਾ ਅੱਜ ਕੱਲ੍ਹ, ਸਮਝ ਨਹੀਂ ਆਉਂਦੀ ਹਰ ਵੀਡੀਓ 'ਚ ਪੁੱਠੀ ਜਾਂ ਟੇਢੀ ਖੜੀ ਹੁੰਦੀ ਹੈ, ਇੱਥੋਂ ਪਤਾ ਲੱਗਦਾ ਕਿ ਮੂੰਹ ਜਮਾਂ ਹੀ ਕੰਮ ਦਾ ਹੈ ਨਹੀਂ ਗਾ, ਤਾਂ ਹੀ ਕਿਸੇ ਹੋਰ ਪਾਸੋਂ ਲਾਈਕ ਲੈਣੇ ਪੈ ਰਹੇ ਹੈ, ਹੁਣ ਸਾਨੂੰ ਪਤਾ ਸਾਡੀ ਨਹੀਂ ਕੰਮ ਦੀ। ਕਿੱਥੇ ਹੈ ਮਿਰਜ਼ਾ? ਉੱਥੇ ਤਾਂ ਪਤਾ ਨਹੀਂ ਪਰ ਹੋਰ ਕਿਤੇ ਜ਼ਰੂਰ ਚੜਿਆ ਲੱਗਦਾ, ਅਤੇ ਇਹੋ ਜਿਹਾ ਚੜਿਆ ਅੰਨੀ ਦਾ, ਮੈਨੂੰ ਲੱਗਦਾ ਵਿੱਚ ਹੀ ਵੜ ਗਿਆ ਹੋਣਾ, ਬਾਹਰ ਹੀ ਨਹੀਂ ਆਇਆ ਅੰਨੀ ਦਾ, ਤਾਂ ਹੀ ਸੁੱਜਿਆ ਪਿਆ। ਚੱਲ ਹੁਣ ਬਸ ਹੋ ਗਿਆ ਘੁੰਮਦੇ ਘੁੰਮਦੇ, ਕਿਉਂਕਿ ਜਿੰਨਾ ਚਿਰ ਘੁੰਮਦੀ ਨਹੀਂ ਉਨ੍ਹਾਂ ਚਿਰ ਲਾਈਕ ਨਹੀਂ ਆਉਂਦੇ। ਵੇਖਿਆ 2 ਚੋਂ 10 ਨੰਬਰ, ਚੱਲ ਮੈਨੂੰ ਸਮਝ ਨਹੀਂ ਆਉਂਦੀ, ਉਹ ਲੋਕ ਇਹਨੂੰ ਟੈਲੈਂਟ ਦੱਸਦੇ ਆ, ਸਾਲੇ ਉਹਨੂੰ ਬਿਮਾਰੀ ਹੈ ਕੋਈ, ਕੁੜੀਆਂ ਨੂੰ ਤਾਂ ਪਤਾ 5-5, 6-6 ਛੇਪਰ ਪਾਏ ਹੋਣੇ ਆ, ਅਤੇ ਲੋਕ ਖੁਸ਼ ਹੋ ਜਾਂਦੇ, ਓਏ ਹੋਏ ਕਿਆ ਬਾਤ ਹੈ, ਅੰਨੀ ਦਿਓ ਸ਼ਰਮ ਕਰੋ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਹੋਪ ਸੋ ਸਾਰੇ ਵਧੀਆ ਹੋਣਗੇ। ਯਾਰ ਉਸਤਾਦ ਵੀ ਲਾਈਕ ਆ, ਤੁਸੀਂ ਸਿਮਰਨ ਦੀ ਵੀਡੀਓ ਕਿੱਥੋਂ ਚੁੱਕੀ ਆ, ਭਰਾਵਾ ਤੂੰ ਨਾ ਵੀਡੀਓ ਪਾ, ਹੈ ਨਾ, ਉਹਨਾਂ ਦਾ ਸਹੀ ਮੈਟਰ ਠੰਡਾ ਹੋਇਆ ਵਾ, ਭਰਾ ਬਣ ਕੇ ਸਿਮਰਨ ਦੀ ਵੀਡੀਓ ਨਾ ਪਾ, ਠੀਕ ਆ, ਜਿਹੜਾ ਵੀ ਤੈਨੂੰ ਭੇਜੀ ਜਾਂਦਾ ਉਹ ਤਾਂ ਇੱਦਾਂ ਹੀ ਹੋਵੇ ਯਾਰ ਪਾਗਲ, ਅਤੇ ਸਿਮਰਨ ਦੀ ਵੀਡੀਓ ਨਾ ਪਾ, ਮੈਨੂੰ ਸਿਮਰਨ ਨਾਲ ਮੇਰੀ ਗੱਲ ਹੋਈ ਸੀ, ਉਹ ਕਹਿੰਦੀ ਵੀ ਉਸਤਾਦ ਵੀ ਲਾਈਕ ਨੂੰ ਕਹਿ ਵੀ ਮੇਰੀ ਵੀਡੀਓ ਨਾ ਪਾਊਗਾ, ਅਤੇ ਭਰਾ ਬਣੇ ਵੀਡੀਓ ਨਾ ਪਾ। ਵੀਡੀਓ ਸਾਰੇ ਭੇਜਣ 'ਤੇ ਪਈ ਅੰਨੀ ਦੀ, ਮੇਰੇ ਕੋਲ ਪਈਆਂ ਲੈਣੀਆਂ ਦਾ, ਹਾਂ ਵੀਡੀਓ ਨਾ ਪਾਓ, ਇਹ ਇਹਨਾਂ ਨੇ ਨਵਾਂ ਹੀ ਢੰਗ ਚਲਾ ਲਿਆ ਪ੍ਰਮੋਸ਼ਨ ਕਰਨ ਦਾ, ਤੇਰੇ ਪੇਜ 'ਤੇ ਫੋਟੋ ਪਈ ਹੈ ਤੂੰ ਨਾ ਤੰਗ ਕਰ ਨਾ ਪਾ, ਅੰਨੀ ਦੇ ਜੋ ਤੈਨੂੰ ਪਤਾ ਦੁਖੀ ਕਰਦਾ ਬੰਦਾ ਤੇ ਤੂੰ ਉਹਨੂੰ ਟੈਗ ਮਾਰਨਾ ਜ਼ਰੂਰੀ ਹੈ, ਨਹੀਂ ਨਹੀਂ ਲੈ ਅਸੀਂ ਪ੍ਰਮੋਸ਼ਨ ਕਰਾਂਗੇ ਅੰਨੀ ਦੀ, ਇਹ ਵੀ ਮਚਰੀਆਂ ਗੜੀਆਂ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ, ਹੋਪ ਸਾਰੇ ਵਧੀਆ ਹੋਣਗੇ। ਆਹ ਇੱਕ ਯਾਰ ਪੇਜ ਦਾ ਜ਼ਹਿਰੀ ਬੰਦੇ, ਭਰਾਵਾ ਟਿਕ ਜਾ, ਹੱਥ ਜੋੜ ਕੇ ਬੇਨਤੀ ਹੈ, ਮੈਂ ਬਾਰ ਬਾਰ ਸਾਰਿਆਂ ਨੂੰ ਕਹਿੰਦੀ ਫਿਰਦੀ ਹਾਂ ਕਿ ਤੁਸੀਂ ਨਾ ਵੀਡੀਓਜ਼ ਪੋਸਟ ਕਰੋ, ਠੀਕ ਹੈ, ਜੋ ਵੀ ਸਾਡਾ ਮੈਟਰ ਅਸੀਂ ਆਪਸ 'ਚ ਬਹਿ ਕੇ ਕਲੋਜ਼ ਕਰ ਲਾਂਗੇ, ਭਰਾ ਬਣੇ ਤੂੰ ਨਾ ਵੀਡੀਓ ਪਾ, ਹੱਥ ਜੋੜ ਕੇ ਬੇਨਤੀ ਆ। ਆਪਣੀ ਕੰਮ ਕਰਦਾ ਬੁੱਕ ਦਾ, ਆਪ ਵੀਡੀਓ ਪਾ ਪਾ ਦੱਸ ਰਹੀ ਹੈ ਜਾਂ ਫਲਾਨਾ ਪੇਜ ਹੈ ਜੀ ਸਾਡੀਆਂ ਵੀਡੀਓ ਨਾ ਪਾ, ਹੁਣੇ ਮੈਟਰ ਸੋਲਵ ਹੋ ਗਿਆ, ਤੂੰ ਠੰਡਾ ਕਰ ਦੇ,
ਇਹਨਾਂ ਤਿੰਨਾਂ ਨੇ ਨਵਾਂ ਟ੍ਰੈਂਡ ਬਣਾਇਆ ਇਹ ਪ੍ਰਮੋਸ਼ਨ ਕਰਨ ਦਾ। ਨਹੀਂ ਨਹੀਂ ਲੈ ਵਾਹ ਜੀ ਵਾਹ, ਪਰ ਪੇਜ ਵਾਲੇ ਨੂੰ ਬੋਲੋ ਵੀ, ਵੀਡੀਓ ਪਾਉਣ ਦੀ ਗੱਲ ਵੀ ਕਰੋ ਅਤੇ ਉਹਨੂੰ ਟੈਗ ਵੀ ਮਾਰੋ। ਬੰਦਾ ਖੁੱਲਦਾ ਹਾਂ ਹਾਂ, ਥੱਲੇ ਜਾ ਕੇ ਵੇਖਾਂ ਕੀ ਪਾਇਆ। ਉਹ ਕੁਛ ਨਹੀਂ ਹੁੰਦਾ ਉਹਨਾਂ 'ਚ, ਆਪਸ 'ਚ ਇਹਨਾਂ ਦੀ ਮਿਲੀ ਭੁਗਤ ਚੱਲੀ ਜਾਂਦੀ ਹੈ। ਸਤਿ ਅਕਾਲ ਜੀ, ਕੀ ਹਾਲ ਚਾਲ ਆ, ਹੋਪ ਸਾਰੇ ਵਧੀਆ ਹੋਣਗੇ। ਆਹ ਇੱਕ ਯਾਰ ਪੇਜ ਦਾ ਜ਼ਹਿਰੀ ਬੰਦੇ, ਭਰਾਵਾ ਟਿਕ ਜਾ, ਹੱਥ ਜੋੜ ਕੇ ਬੇਨਤੀ ਹੈ। ਮੈਂ ਬਾਰ ਬਾਰ ਸਾਰਿਆਂ ਨੂੰ ਕਹਿੰਦੀ ਫਿਰਦੀ ਹਾਂ ਕਿ ਤੁਸੀਂ ਨਾ ਵੀਡੀਓਜ਼ ਪੋਸਟ ਕਰੋ, ਠੀਕ ਹੈ, ਜੋ ਵੀ ਸਾਡਾ ਮੈਟਰ ਆ ਅਸੀਂ ਆਪਸ 'ਚ ਬਹਿ ਕੇ ਕਲੋਜ਼ ਕਰ ਲਾਂਗੇ। ਭਰਾ ਬਣੇ ਤੂੰ ਨਾ ਵੀਡੀਓ ਪਾ, ਹੱਥ ਜੋੜ ਕੇ ਬੇਨਤੀ ਆ। ਮੈਸੇਜ ਨਹੀਂ ਹੁੰਦੇ ਤੇਰੇ ਤੋਂ, ਅੰਨੀ ਦੀ ਮੇਲ ਕਰ ਲਾ ਜਾਂ ਕਮੈਂਟ ਕਰ ਲਾ ਉਹਨੂੰ, ਜਹਿਰੀ ਬੰਦੇ ਆਪਨੇ ਜੋ ਵੀਡੀਓ ਡਾਲੀ ਥੀ ਵੋ ਲੀਕ, ਜੋ ਵੀ ਹੈ ਲਟਰਮ ਪਟਰਮ ਕੁੱਤੇ ਭਕਾਈ ਮਾਰਦੀ ਹੈ ਵੀ, ਇਹ ਸਭ ਰਲੀਆਂ ਹੋਈਆਂ ਅੰਦਰ, ਅੰਦਰ ਨਹੀਂ ਬਾਹਰੋਂ ਹੀ ਰਲੀਆਂ ਹੋਈਆਂ ਇਹ, ਅੰਦਰੋਂ ਤਾਂ ਛੀ। ਫੋਟੋਜ਼ ਔਰ ਵੀਡੀਓਜ਼ ਡਾਲਨੇ ਸੇ, ਯੇ ਫੇਕ ਫੋਟੋਜ਼ ਜੋ ਬਣਾ ਕੇ ਡਾਲ ਰਹੇ ਹੋ ਨਾ, ਸਾਫ ਦਿਖ ਰਹੀ ਕਿ ਫੇਕ ਫੋਟੋਜ਼ ਹੈ, ਲੇਕਿਨ ਐਟਲੀਸਟ ਕਿਸੀ ਕੀ ਐਸੇ ਫੇਕ ਗੰਦੀ ਫੋਟੋਜ਼ ਬਣਾ ਕੇ ਨਾ ਡਾਲੋ, ਕਿਉਂਕਿ ਉਨਕੀ ਵੀ ਫੈਮਿਲੀ ਦੇਖਤੀ ਹੈ। ਆਗੇ ਸੇ ਹਟ ਜਾਓ, ਮਾਨ ਜਾਓ। ਉਹਨੂੰ ਦੇਣ ਦੀ ਕੀ ਲੋੜ ਸੀ, ਸਿੱਧਾ ਆਪ ਹੀ ਨੈਟ ਤੇ ਪਾ ਦਿੰਦੀ, ਭੈਣ ਚ ਕਮਾਲ ਸਾਲੀਆਂ ਆਪਦੀਆਂ ਫੋਟੋਆਂ ਆਪ ਹੀ ਭੇਜੀ ਜਾਂਦੀ, ਆਪ ਹੀ ਟੈਗ ਮਾਰੀ ਜਾਂਦੀ, ਆਪ ਹੀ ਕਹੀ ਜਾਂਦੀ ਲੀਕ ਹੋ ਗਈਆਂ। ਫੋਟੋ ਨਾਲ ਕੀ ਸਰ ਨਾ ਕੋਈ ਦੇਣਾ ਕੁਛ ਹੋਰ ਦੇ, ਉਹਨੂੰ ਠਰ ਕੀ ਵੀ ਨਾ। ਓਏ ਅਮੇਰੀਕਾ ਪੇਜ ਵਾਲੋ, ਮੈਂ ਆਪਕੋ ਵਾਰਨਿੰਗ ਕਰ ਰਹੀ ਹੂੰ, ਫਸਟ ਐਂਡ ਲਾਸਟ ਹੈ ਯੇ, ਠੀਕ ਹੈ, ਮੇਰੀ ਐਡਿਟਿਡ ਵੀਡੀਓਜ਼ ਫੋਟੋਜ਼ ਡਾਲਣਾ ਬੰਦ ਕਰ ਦੋ, ਕਿਉਂਕਿ ਉਸਸੇ ਮੇਰੀ ਇਮੇਜ ਕੋ ਇਫੈਕਟ ਪੜ ਰਹਾ ਹੈ। ਓਏ ਅਮੇਰੀਕਾ, ਸਪੈਸ਼ਲੀ ਆਪਕੋ ਬੋਲ ਰਹੀ ਹੂੰ ਮੈਂ। ਅੰਨੀ ਦੀ ਜੇ ਤੈਨੂੰ ਪਤਾ ਫੇਕ ਵੀਡੀਓ ਹੈ, ਫੇਕ ਫੋਟੋ ਹੈ, ਅੰਨੀ ਦੀ ਟੈਗ ਕਿਉਂ ਮਾਰੀ ਜਾਂਦੀ ਉਹਨੂੰ, ਐਡੇ ਕੂਸੇ ਲੋਕ ਮੈਂ ਜ਼ਿੰਦਗੀ 'ਚ ਨਹੀਂ ਵੇਖੇ। ਪ੍ਰਮੋਸ਼ਨ ਆਪਦੀ ਬੇਜਾਈ ਕਰਾ ਲਓ ਪ੍ਰਮੋਸ਼ਨ ਕਰਨ ਦੇ ਚੱਕਰ 'ਚ। ਉਹ ਗਾਇਜ਼ ਮੇਰੀ ਫਲਾਣੇ ਪੇਜ 'ਤੇ ਵੀਡੀਓ ਲੀਕ ਹੋ ਗਈ ਹੈ, ਜਾ ਕੇ ਨਾ ਵੇਖਿਓ ਪਲੀਜ਼ ਯਾਰ, ਥੱਲੇ ਮੈਂ ਟੈਗ ਮਾਰਿਆ ਆਪੇ ਆਪੇ ਟੈਗ ਮਾਰਿਆ, ਪਲੀਜ਼ ਨਾ ਦੇਖਿਓ ਯਾਰ, ਨਾ ਦੇਖਿਓ, ਚੱਲ ਥੱਲੇ ਮੈਂ ਨਹੀਂ ਮਾਰਨਾ ਅਟੈਕ, ਕੋਈ ਇੱਥੇ ਨਹੀਂ ਆਉਣਾ ਚਾਹੀਦਾ, ਉਹ ਭਾਵੇਂ ਚੱਕ ਕੇ ਕੋਈ ਹੋਰ ਪਾ ਦੇ ਅੰਨੀ ਦਾ। ਵੈਲੋ, ਮੈਂ ਆਪਕੋ ਵਾਰਨਿੰਗ ਕਰ ਰਹੀ ਹੂੰ, ਫਸਟ ਐਂਡ ਲਾਸਟ ਹੈ ਯੇ, ਠੀਕ ਹੈ, ਮੇਰੀ ਐਡਿਟਿਡ ਵੀਡੀਓਜ਼ ਫੋਟੋਜ਼ ਡਾਲਣਾ ਬੰਦ ਕਰ ਦੋ। ਵਾਰਨਿੰਗ ਤੋਂ ਛਿੱਕੂ ਕਰਨੀ ਹੈ, ਕੋਈ ਪੇਜ ਹੈ ਸਾਲਾ ਜਿਹਦੀ ਤੇਰੇ ਨਾਲ ਨਹੀਂ ਚੱਲਦੀ, ਕੋਈ ਇੱਕ ਤਾਂ ਹੋਵੇ, ਨਾਲੇ ਤੇਰੀਆਂ ਐਡਿਟ ਕਰਨ ਦੀ ਲੋੜ ਹੀ ਨਹੀਂ, ਉਦਾਂ ਹੀ ਤੇਰੀਆਂ ਵੇਖ ਕੇ ਬੰਦਾ ਪਿਘਲ ਜੇ। ਅੰਨੀ ਦਿਆ ਰੋਸਟ ਵੇਖ, ਕਿਤੇ ਹੋਰ ਹੀ ਧਿਆਨ ਹੈ ਤੇਰਾ, ਇਹ ਕੰਮ ਕਦੋਂ ਤੋਂ ਸ਼ੁਰੂ ਹੋ ਗਏ ਨੈਟ 'ਤੇ, ਕਿ ਫਲਾਣੇ ਪੇਜ ਨੇ ਮੇਰੀ ਵੀਡੀਓ ਲੀਕ ਕਰਤੀ ਹੈ, ਜਾ ਕੇ ਟੈਗ ਮਾਰ ਕੇ ਉਹਨੂੰ ਕਹਿੰਦੇ ਜਾ ਕੇ ਗਾਇਜ਼, ਨਾ 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 ਐਸਾ ਮਤ ਕਰੋ। ਅੰਨੀ ਦੇ ਮੈਸੇਜ ਕਰ ਲਿਆ ਕਰੋ ਉਹਨੂੰ, ਮੈਸੇਜ ਆਪਸ਼ਨਾਂ ਸਾਰੇ ਪੇਜਾਂ 'ਤੇ ਆਉਣਾ। ਔਰ ਆਪਣੇ ਬੀਚ ਮੇ ਹੱਸਣਾ ਸ਼ੁਰੂ ਕਰ ਦੀ, ਅਬ ਕੈਸੀ ਲੜਕੀ ਹੈ ਕਮੋ ਜੀ, ਤੁਮੇ ਕੈਸੀ ਲਗਤੀ, ਲੁੱਚੀ ਹੈ ਕਮੋ, ਗੰਦ ਪਾਇਆ ਭੈਣ ਚੋਣ, ਤੈਨੂੰ ਲੋਕਾਂ ਦੇ ਐਡੇ ਐਡੇ ਵਾਲ ਲਾਤੇ, ਤੇਰੇ ਕੋਲ ਆਪਦੇ ਇੱਥੇ ਕੱਪੜਾ ਨਹੀਂ ਲਵਾਇਆ ਜਾਂਦਾ ਸੂਟ 'ਤੇ, ਬੇਸ਼ਰਮ ਕਮੋ ਕਿਸੇ ਥਾਂ ਦੀ। ਬਾਹਰ ਡਿੱਗ ਪਏ, ਕੌਣ ਜ਼ਿੰਮੇਵਾਰ, ਕੌਣ ਡਿੱਗ ਪਿਆ? ਇਹ ਦੇਖ ਲਓ ਸਪ੍ਰਿੰਗ ਪ੍ਰੀਤ, ਇੰਨਾ ਤਾਂ ਇਹ ਨਹੀਂ ਬੁੜਕਦੀ ਜਿੰਨਾ ਹੋਰ ਕੁਛ ਬੁੜਕ ਜਾਂਦਾ। ਨਹੀਂ ਤੈਨੂੰ ਕੀ ਲੋੜ ਆ ਬਜ਼ਾਰਾਂ 'ਚ ਵੀਡੀਓ ਬਣਾਉਣ ਦੀ, ਇਹ ਅੱਡ ਨਿਮਰਤ ਖੈਰਾ ਬਣੀ ਫਿਰਦੀ ਹੈ। ਦੇਖ ਲਾ ਭੈਣ 'ਚ ਕੋਈ ਬਾਜ਼ਾਰ ਨਾ ਛੱਡੀ, ਮੰਗਣ ਵਾਲੀ ਲੱਗੀ ਜਾਂਦੀ ਹੈ, ਕਮਾਲ ਦੀ ਗੱਲ ਹੈ, ਹੋਰ ਹੀ ਕੋਈ ਤੁਹਾਡਾ ਧਿਆਨ ਕਿੱਥੇ ਆ, ਇਹ ਤਾਂ ਬੁੜਕਦੀ ਨਹੀਂ ਪਈ। ਠਹਿਰ ਕੀ ਲੋਕੀ ਮੈਨੂੰ ਕਹਿੰਦੇ ਨੇ ਲੜਾਕੀ, ਲੜਾਕੀ ਮੇਰੀ ਅੱਖ ਸੱਜਣਾ, ਬੜੇ ਫੁੱਦੂ ਨੇ ਜਿਹੜੇ ਲੜਾਕੀ ਕਹਿੰਦੇ ਨੇ, ਉਹਨਾਂ ਨੂੰ ਕਹਿ ਵੀ ਮੇਰਾ ਕੰਮ ਕੁਛ ਹੋਰ ਹੈ ਤੇ ਮੈਨੂੰ ਕੁਛ ਹੋਰ ਆਖਿਆ ਕਰੋ। ਅੰਨੀ ਦੇ ਗੰਦ ਪਾਇਆ, ਲੋਕੀ ਮੈਨੂੰ ਕਹਿੰਦੇ ਲੜਾਕੀ, ਚਲਾਕੋ ਆ ਤੂੰ,
ਦੱਸਾਂ ਤੈਨੂੰ ਮੈਂ। ਐਸਾ ਮਤ ਕਰੋ ਮੇਰੀ ਜਾਨ, ਲਾਈਫ ਮੇ ਕੁਛ ਅੱਛਾ ਕਰੋ ਯਾਰ। ਤੈਨੇ ਲੜਾਕੀ ਲੜਾਕੀ ਮੇਰੀ ਅੱਖ ਸੱਜਣਾ, ਤੂੰ ਘੱਟ ਹੀ ਨੱਚਿਆ ਕਰ। ਇਹ ਨੱਚਦੀ ਤਾਂ ਨਹੀਂ ਸਾਲਾ, ਮੈਂ ਕੀ ਵੇਖੀ ਜਾਂਦਾ। ਓ ਛੀ ਯਾਰ, ਬਲੋ ਜੌਬ ਕਰਨਾ ਪਸੰਦ ਨਹੀਂ, ਓਰਲ ਸੈਕਸ ਕਰਨਾ ਪਸੰਦ ਨਹੀਂ ਹੈ, ਕਿਉਂਕਿ ਹਮੇ ਟੇਸਟ ਨਹੀਂ ਪਸੰਦ। ਕਈ ਸਾਰੇ ਆ ਗਏ ਇਸੇ ਲੋਕ ਲਿਖੇਂਗੇ, ਅਰੇ ਪਾਈਨਐਪਲ ਖਾ ਲਓ ਠੀਕ ਹੋ ਜਾਤਾ ਹੈ। ਅਬ ਉਨਕੇ ਖਿਆਲ ਮੈਂ ਹੈ ਕਿ ਅੱਛਾ ਆਪਣੇ ਪਾਈਨਐਪਲ ਖਾਇਆ ਔਰ ਫਿਰ ਆਪਣੇ ਓਰਲ ਸੈਕਸ ਕੀਆ ਤੋ ਸਭ ਠੀਕ ਹੈ। ਐਸਾ ਨਹੀਂ ਹੋਤਾ, ਯੇ ਅਪਸਾਈਡ ਡਾਊਨ ਹੈ। ਐਕਚੁਲੀ ਯੇ ਹੈ ਕਿ ਅਗਰ ਆਦਮੀ ਪਾਈਨਐਪਲ ਖਾਏ, ਉਹ ਵੀ ਇਮੀਡੀਏਟਲੀ ਨਹੀਂ ਕਿ ਅੱਛਾ ਹਮਨੇ ਖਾਇਆ ਔਰ ਯੂ ਨੋ, ਕੋਈ ਤਿੰਨ ਚਾਰ ਪੰਜ ਦਿਨ ਕੇ ਲਈ ਖੂਬ ਸਾਰਾ ਪਾਈਨਐਪਲ ਜੂਸ ਪੀਓ ਜਾਂ ਪਾਈਨਐਪਲ ਖਾਓ। ਵਿਟਾਮਿਨ ਸੀ, ਵਿਟਾਮਿਨ ਸੀ ਨਹੀਂ, ਉਸਕਾ ਜੋ ਜੂਸ ਹੈ ਵੋ ਆਪਕੇ ਬੋਡੀਲੀ ਫਲੂਇਡਸ ਕਾ ਟੇਸਟ ਬਦਲਤਾ ਹੈ। ਟੇਸਟ ਨੂੰ ਭੈਣ ਚੋ ਗਵਾ ਜੂਸ ਹੈ, ਮੈਨੂੰ ਸਮਝ ਨਹੀਂ ਆਉਂਦੀ ਸਾਲਾ ਪੋਡਕਾਸਟ ਚੱਲਦਾ ਕਿ ਸੈਕਸ ਟਾਕ ਚੱਲਦੀਆਂ ਇਹ। ਜਿਹੜਾ ਵੇਖੋ ਇਸ ਟੋਪਿਕ 'ਤੇ ਗੱਲਾਂ ਕਰਨ ਬਹਿ ਜਾਂਦਾ, ਮਰਦਾਨਾ ਕਮਜ਼ੋਰੀ, ਕੁੜੀਆਂ ਨੂੰ ਮੈਂ ਦੱਸੂੰਗਾ ਕੀ ਕਰਨਾ, ਮੁੰਡਿਆਂ ਨੂੰ ਕੀ ਕਰਨਾ ਚਾਹੀਦਾ। ਆਂਟੀ ਦੇ ਇਕੱਲੇ ਵਾਲ ਚਿੱਟੇ ਆ, ਆਂਟੀ ਨੂੰ ਹਜੇ ਵੀ ਅੱਗ ਲੱਗੀ ਹੈ। ਆਹ ਪੋਡਕਾਸਟ ਤੋਂ ਬਾਅਦ ਵੀ ਆਂਟੀ ਨੇ ਕਰ ਲੈਣਾ, ਮੈਨੂੰ ਪਤਾ ਐਡੀ ਗੰਦੀ ਆਂਟੀ ਹੈ। ਅਸੀਂ ਅੱਜ ਵੀ ਤੇਰੇ ਉੱਤੇ ਹਾਂ ਮਰਦੇ, ਸਵਾਹ ਮਰਦੀ ਹੈ ਤੂੰ, ਉੱਥੇ ਤੇਰਾ ਸੰਤਰਾ ਬੈਠਾ ਰੋਈ ਜਾਂਦਾ, ਇੱਥੇ ਤੂੰ ਯਸ਼ੀਆਂ ਮਾਰੀ ਜਾਂਦੀ ਹੈ ਭਰਾ ਭਰਾ ਕਹਿ ਕੇ, ਵੀ ਮੇਰਾ ਭਰਾ ਹੈ, ਮੇਰਾ ਕਜ਼ਨ ਹੈ। ਅਸੀਂ ਅੱਜ ਵੀ ਕੰਮ ਨਹੀਂ, ਵਾਲ ਸੈੱਟ ਕਰੀ ਜਾਓ ਬਸ, ਹਰ ਵੀਡੀਓ 'ਚ ਕੋਈ ਟੈਲੈਂਟ ਨਹੀਂ, ਕੋਈ ਸਾਡੀ ਕੋਈ ਐਕਟਿੰਗ ਕੁਛ ਨਹੀਂ, ਹਰ ਵੀਡੀਓ 'ਚ ਵਾਲ ਸੈੱਟ ਕਰੀ ਜਾਓ, ਚੱਲ ਅੱਗੇ। ਉਹ ਚੱਲ ਇਹ ਵੀ ਅੱਗੇ ਚੱਲ, ਚੱਲ ਅੱਗੇ। ਕੋਈ ਹੈ ਟੈਲੈਂਟ ਇਹਦੇ 'ਚ, ਗੰਦ ਪਾਈ ਜਾਂਦੀ ਇੰਨੀ ਦੀ, ਹਰ ਵੀਡੀਓ 'ਚ ਵਾਲ ਸੈੱਟ ਕਰਨਾ। ਸੱਚ ਮੈਂ ਇੱਕ ਦੂਸਰੇ ਸੇ ਬਹੁਤ ਪਿਆਰ ਕਰਤੇ ਹੋ ਯਾ ਐਸੀ ਬੋਲਤੇ ਹੋ, ਸੱਚ ਮੈਂ ਕਿਆ? ਹਾਂ ਬੇਕਾਰ ਹੈ ਭਈਆ, ਮੈਂ ਤਾਂ ਟੂਟ ਗਿਆ। ਕਿਤਨਾ ਪਿਆਰ ਕਰਤਾ? ਮੈਂ ਤਾਂ ਆਪਕੋ ਕਿਆ ਹੀ ਬਤਾ ਰਾਜਾ ਜੀ, ਵੋ ਤਾਂ ਆਪਨੇ ਦੇਖ ਲਿਆ ਹੋਗਾ ਪਹਿਲੇ ਵੀਡੀਓ ਮੇਂ, ਜਬ ਮੈਂ ਭਗਾ ਕੇ ਲੈ ਕੇ ਜਾਣੇ ਕਾ ਦਮ ਰੱਖਤਾ ਹੂੰ। ਆ ਕੌਣ ਆ ਗਰੀਬਾਂ ਦਾ ਪ੍ਰਭ ਤੇਰਾ ਸ਼ਿਕਾ, ਇਹਨਾਂ ਨੇ ਵੀ ਗੰਦ ਪਾਉਣ ਤੇ ਬੜਾ ਲੱਕ ਬੰਨਿਆ ਹੋਇਆ ਹੈ। ਹਾਉ ਮੱਚਦੇ ਜੋ ਜੱਟ ਨੇ, ਤੈਨੂੰ ਕਿਹਨੇ ਬੁਲਾਇਆ ਨਹੀਂ ਦਿਆ, ਚਾਂਟੇ ਖਾਏਗਾ ਸਾਲਾ, ਕੁੜੀ ਦੇ ਪੈਸੇ ਖਾ ਕੇ 10,000 ਰੁਪਏ, ਪੈਸੇ ਪਾ 10,000 ਰੁਪਏ ਉਹਨੂੰ, ਬਦਮਾਸ਼ ਬਣਿਆ ਫਿਰਦਾ ਰੀਲਾਂ ਤੇ ਨੰਗ ਸਲੇ। ਦੋਨੋਂ ਕੇ ਬੀਚ ਇਤਨਾ ਪਿਆਰ ਹੈ, ਹਮ ਦੋਨੋਂ ਇੱਕ ਦੂਸਰੇ ਕਾ ਝੂਠਾ ਵੀ ਖਾ ਲੈਂਦੇ। ਮੈਨੂੰ ਤਾਂ ਯਕੀਨ ਨਹੀਂ ਹੈ ਇਸ ਬਾਤ ਤੇ। ਆਪਕੋ ਯਕੀਨ ਨਹੀਂ ਹੈ ਨਾ, ਮੈਂ ਆਪਕੋ ਡੈਮੋ ਕਰਕੇ ਦਿਖਾ ਦੂੰ। ਅੱਛਾ ਜੀ, ਕਰਕੇ ਦਿਖਾ ਦੇ ਚਲੋ ਡੈਮੋ। ਇਹ ਤਾਂ ਕੋਲਡ ਡਰਿੰਕ ਡਾਲ ਰਿਹਾ ਮੈਂ। ਠੀਕ ਹੈ ਠੀਕ ਹੈ, ਹੋ ਠੀਕ ਹੈ। ਇਹ ਕੀ ਕਰੀ ਇਹਨਾਂ ਭੈਣ ਦੇ ਯਾਰ, ਝੂਠਾ ਤਾਂ ਹੋਰ ਵੀ ਬਥੇਰਾ ਕੁਛ ਖਾਂਦਾ ਹੋਏਗਾ, ਉਹ ਵੀ ਖਾਂਦੀ ਹੋਊਗੀ ਜਾਂ ਪੀਂਦੀ ਹੋਊਗੀ। ਕੋਕ ਵਾਲੀ ਐਗਜ਼ਾਮਪਲ ਗਲਤ ਹੈ ਵੈਸੇ। ਹੋਰ ਕੋਈ ਐਗਜ਼ਾਮਪਲ ਦਿਓ। ਅਭੀ ਮਜ਼ਾ ਆਏਗਾ ਨਾ ਭਿੜੋ। ਜੇ ਯਾਰੀਆਂ ਇਹਦੇ ਨਾਲ ਬਣਦੀਆਂ ਹੋਣਾ ਤੇ ਲੱਖ ਲਾਣਤਾ ਹੈ ਜੀ ਯਾਰੀਆਂ 'ਚ। ਜੇ ਯਾਰੀਆਂ ਇਹਦੇ ਨਾਲ ਵੀ ਬਣਦੀਆਂ ਨਾ ਤੇ ਲੱਖ ਲਾਣਤਾ ਹੈ ਜੀ ਯਾਰੀਆਂ 'ਚ। ਉਹ ਸ਼ਿਕੂ ਦੇ ਜਾਓ। ਐਕਟਿਵਾ ਦੀ ਚਾਬੀ ਹੈ, ਰੇਂਜ ਰੋਵਰ ਦੀ ਨਹੀਂ ਹੈ। ਆਪਾਂ ਹੈ ਕਿਤੋਂ ਲੈ ਕੇ ਆਈਆਂ, ਬਰਾਤ 'ਚੋਂ ਚੱਕੇ ਹਾਂ। ਜਾ ਬਰਫ਼ ਤੇ ਟੱਟੀ ਕਰ ਲਾ ਫਿਰ, ਮਨਾਲੀ ਆਈ ਆ, ਲੇਹ ਲਦਾਖ ਥੋੜੀ ਟੱਪ ਗਈ ਆ। ਅੰਨੀ ਦੀ ਨਾਵੇ ਤਾਂ ਚੱਕਮੈਂਟ ਜੀ ਨਾਲ ਗੁੜਾ ਗੁੜਾ ਸੂਟ ਨਾਲ ਪਾਈਆਂ ਮੈਂ ਕਰ ਪਾਵਾਂ ਜੱਤ। ਕੀ ਖਾਂਦੀਆਂ ਬਿਨਾਂ ਚਾਬੀ ਭਰੇ ਚੱਲੇ ਜਾਂਦੀਆਂ? ਹਾਂ ਖੁਸ਼ ਵੇ ਕਿੰਨੀਆਂ, 1100 ਇਕੱਠਾ ਹੋ ਗਿਆ ਨਾ ਮੈਂ ਸਾਲੀਆਂ ਨਾਕੇ ਤੋਂ, ਮੈਨੂੰ ਲੱਗਦਾ ਇਹਨਾਂ ਨੂੰ ਇਹਨਾਂ ਤਾਂ ਮਿਸ ਪੂਜਾ ਨਹੀਂ ਸੋਹਣਾ ਗਾਉਂਦੀ ਜਿੰਨਾ ਇਹ ਗਾ ਗਈਆਂ। ਸੁੱਖ ਮਨਜੀਤ ਤੈਨੂੰ ਬਹੁਤ ਪਿਆਰ ਕਰਦੀ ਸੀ ਤੇ ਤੁਸੀਂ ਟਾਈਮ ਪਾਸ ਕਰਕੇ ਧੋਖਾ ਦੇਤਾ ਹੋ ਯਾਰ, ਏਦਾਂ ਨਹੀਂ ਕਰਨਾ ਸੀ, ਤੈਨੂੰ ਸੱਚਾ ਪਿਆਰ ਕਰਦੀ ਸੀ। ਤੂੰ ਚੱਲ ਜਾ ਸੁੱਖ ਕੋਲੇ ਜੇ ਤੇਰਾ ਜੀ ਕਰਦਾ ਤਾਂ, ਅੰਨੀ ਤੇ ਤੂੰ ਛੁੰਛਣਾ ਲੈਣਾ ਅਗਲੇ ਦੀ, ਭਾਵੇਂ ਬਣੀ ਨਾ ਬਣੇ, ਭਾਵੇਂ ਪਿਆਰ ਕਰਦੀ ਨਹੀਂ ਕਰਦੇ, ਤੈਨੂੰ ਚਿੱਕੂ ਪਤਾ ਪਿਆਰ ਕਰਦੀ ਕਿ ਨਹੀਂ ਕਰਦੀ? ਥਾਂ ਥਾਂ ਜਾ ਕੇ ਤਾਂ ਇੰਟਰਵਿਊ ਦੇਈ ਜਾਂਦੀ ਹੈ, ਹੋਰ ਪਤਾ ਨਹੀਂ। ਚੱਲ ਹੋਰ ਸੁਣਾ।
यहाँ बर्गर खा रही थी, उसके बाद जो हुआ मुझे बिलीव नहीं हुआ। सच कभी मेरे इतने सामने से शाहरुख खान सर निकले यहाँ बाथरूम से, एग्जैक्टली हम लोग के सामने से शाहरुख खान सर निकले। फिर मैंने उसके बाद जो शाहरुख खान ने रोक लेंदी सीधा ओदे चित्तड़ चट लेंदी, सीट जाके चट्टन की लोड़ सी, की पता अगला बेचारा बाथरूम करके वापस आ गया होवे, नहीं तो पकाई पीऊंगी मैं तो। ਜਿਹੜਾ ਅਸੀਂ ਲਾਈਵ ਹੋਏ ਸੀ ਉਹਦੇ ਵਿੱਚ ਸਾਡੇ ਤੋਂ ਗਾਲਾਂ ਨਿਕਲ ਗਈਆਂ, ਅਸੀਂ ਉਸ ਚੀਜ਼ ਲਈ ਸੌਰੀ ਫੀਲ ਕਰਦੇ ਹਾਂ। ਅਤੇ ਇਸ ਕਦੋਂ ਹੋਇਆ ਵੀ ਤੁਸੀਂ ਕਦੇ ਗਾਲਾਂ ਨਹੀਂ ਕੱਢੀਆਂ, ਹੁਣ ਨੱਕ ਚੱਕ ਬੋਲਦਾ ਸਿੱਧਾ ਬੋਲ, ਜਾਣਾ ਸੌਖ ਨੱਤੀਆਂ ਮੈਂ ਬੋਲਦਾ ਤੈਂ ਗੱਲ ਕਰਨੀ, ਮੈਂ ਕੀ ਗੱਲ ਕਰੀ ਆ ਨਾਨੀ ਦਿਆਂ, ਸਾਡੇ ਕੋਲ ਸਾਰੀਆਂ ਹੀ ਆਡੀਓ ਵੀਡੀਓ ਪਈਆਂ, ਜੇ ਅਸੀਂ ਰਿਕਾਰਡ ਕਰਨ 'ਤੇ ਆ ਗਏ ਨਾ ਲੀਕ ਕਰਨ 'ਤੇ ਤਾਂ ਫਿਰ ਆਪਦੀ ਜ਼ਿੰਮੇਵਾਰ ਆਪ ਹੋਊਗੀ, ਆ ਜਿਹੜੀ ਕੁੜੀ ਆ ਬੋਲੀ ਜਾਂਦੀ ਹੈ ਵਿੱਚ ਸਾਨੂੰ, ਤਾਂ ਤੈਨੂੰ ਮੇਰੀ ਭੈਣ ਹੈ। ਓ ਸੋਰੀ, ਕੀ ਹਾਲ ਹੈ? ਵੈਸੇ ਮੈਂ ਵੀ ਮੁੰਡਿਆਂ ਦੇ ਚੱਕਰਾਂ 'ਚ ਪੈਂਦੀ ਨਹੀਂ, ਉਹ ਗੱਲ ਵੱਖਰੀ ਹੈ ਕਿ ਮੇਰੇ ਪਿੱਛੇ ਬਹੁਤ ਤੁਰੇ ਫਿਰਦੇ ਆ। ਕੌਣ ਹੈ ਜੋ ਤੈਨੂੰ ਵੇਖਦਾ ਹੋਊਗਾ? ਉਹ ਕਹਿੰਦਾ ਨਹੀਂ ਹੋਣਾ ਵੀ ਵੇਖਣ ਤੋਂ ਪਹਿਲਾਂ ਹੀ ਮਨ ਨਾ ਹੋ ਜਾਂਦਾ ਰੱਬਾ, ਪ੍ਰੇਮ ਢਿੱਲ ਦੀ ਛੋਟੀ ਭੈਣੀ ਬਣੀ ਫਿਰਦੀ ਆ, ਪੋਲੋ ਪਾਉਂਦੀ ਅੰਨੀ ਦੀ। ਸਾਡੇ ਵਰਗੀ ਨਾ ਯਾਰੀ ਮਹਿੰਗੀ ਪੈਂਦੀ ਹੈ, ਤੂੰ ਵਾਕੇ ਘਰੇ ਰਹਿ ਭੈਣ ਚੋ, ਬਾਹਰ ਜਾ ਕੇ ਕਰਨਾ ਵੀ ਕੀ ਹੈ? ਵੈਸੇ ਵੀ ਤੂੰ ਮੈਂਗੋ ਮੱਸੀ ਘੱਟ ਹੀ ਖਾਇਆ ਕਰ, ਚਿੱਪੀ ਪਈ ਆ ਅੰਦਰੋਂ ਤੂੰ ਅੰਨੀ ਦੀਏ। ਪੜ੍ਹਨਾ ਜ਼ਰੂਰੀ ਨਹੀਂ ਹੈ, ਨੱਚਣਾ ਜ਼ਰੂਰੀ ਹੈ। ਦੋ ਮਾਰੇ ਹੁਣ ਛਿੱਤਰ ਮੂੰਹ 'ਤੇ, ਪਹਿਲੀ ਦੂਜੀ ਤੀਜੀ ਪੁਜੀਸ਼ਨ 'ਤੇ ਆਵੇ ਇਹ, ਫਿਰ ਇਹਨਾਂ ਦੇ ਘਰਦੇ ਆਖਣਗੇ ਨਹੀਂ ਨਹੀਂ ਜੀ ਬੱਚੀ ਤਾਂ ਫਸਟ ਆਤੀ ਹੈ, ਫਿਰ ਕਿਆ ਹੋਇਆ ਡਾਂਸ ਕਰ ਲਈ ਆ ਤਾਂ। ਅੰਨੀ ਦਿਓ ਇਹੋ ਜਿਹਾ ਗੰਦ ਪਾਉਣ ਨੂੰ ਛੱਡੀਏ ਤੁਸੀਂ, ਇਹ ਇਹਨਾਂ ਦੇ ਘਰਦੇ ਕਿੱਥੇ ਆ? ਘੂਸਾ ਟੱਬਰ ਜਿਹੜਾ ਇਹਨੂੰ ਨਚਾਈ ਜਾਂਦਾ ਨੈੱਟ 'ਤੇ। ਚੰਗੀਆਂ ਭਲੀਆਂ ਆਂਟੀਆਂ, ਸਲਾਈਆਂ ਬੁਣਨ ਦੀ ਉਮਰ ਹੈ, ਬੈਲਟਾਂ ਖਾਈ ਜਾਂਦੀਆਂ ਅੰਕਲ ਕੋਲ ਦਾ, ਇਹੀ ਜਵਾਨੀ 'ਚ ਖਾ ਲੈਂਦੀ, ਚੰਗੀ ਨਹੀਂ ਸੀ ਉਦੋਂ ਖਾਧੀ ਨਹੀਂ, ਹੁਣ ਇਹਨੂੰ ਰੋਮਾਂਸ ਚੜਿਆ, ਬੇਸ਼ਰਮ ਤੇ ਲੁੱਚੀ ਕਿਸੇ ਥਾਂ ਦੀ। ਸਮਝ ਨਹੀਂ ਆਉਂਦੀ ਭੈਣ ਚੋ, ਲੋਕ ਪਾਗਲ ਕਿਉਂ ਹੋਏ ਪਏ ਆ? ਜਿਹੜਾ ਬੰਦਾ ਆਉਂਦਾ ਪਿੱਛਾ ਵਿਖਾਉਣ ਲੱਗਿਆ, ਪਿੱਛਾ ਵਿਖਾਉਣ ਲੱਗਿਆ, ਕੀ ਗੱਲ ਤੁਹਾਡਾ ਅੱਗਾ ਮੂੰਹ ਤੁਹਾਡਾ ਕੰਮ ਦਾ ਨੀ? ਦੱਸ ਦੇ ਕਿੰਨੀਆਂ ਹੋਤਾਂ ਦੀ ਫਾਂ ਉਧਰੋਂ ਦਿਖੇ ਦੀਪਿਕਾ ਦੇ ਵਾਂਗੂ। ਭੈਣ ਨਹੀਂ ਨਹੀਂ ਵੀਰ, ਪਿੱਛੇ ਠੀਕ ਆ ਮੇਰਾ ਵੀਰ, ਪਿੱਛੇ ਠੀਕ ਆ ਮੇਰਾ ਵੀਰ, ਪਿੱਛੇ ਠੀਕ। ਸਾਡਾ ਮਹੀਨੇ ਚ ਨਾ ਨਾ ਕਰਦੇ ਵੀ 3-4 ਲੱਖ ਰੁਪਏ ਨੂੰ ਹੱਥ ਪੈਂਦਾ ਆ, ਤੇਰਾ 3-4 ਲੱਖ ਨੂੰ ਹੱਥ ਪੈਂਦਾ ਤੇ ਕੀ ਲੋੜ ਆ ਸੁੱਖ ਰਤੀਏ ਦੀ? ਉਦੋਂ 20,000 ਚ ਬਥੇਰੇ ਆ ਜਾਣਗੇ ਇਹੋ ਜਿਹੇ, ਤਾਂ ਹਰ ਇੰਟਰਵਿਊ 'ਚ ਤਾਂ ਰੋਨੀ ਰਹਿੰਦੀ ਆ ਜਾ ਕੇ, ਮੈਂ ਲੱਗਦਾ 20,000 ਮਸਾਂ ਇਕੱਠਾ ਹੁੰਦਾ ਹੁਣ ਇੰਟਰਵਿਊ ਦੇ ਦੇ ਕੇ, ਭਾਅ ਜੀ 5% ਤਾਂ ਦਿਓ, ਇੰਨੇ ਵਿਊ ਆ ਗਏ ਲੱਗਦਾ। ਹਾਂਜੀ ਅੱਜ ਬਾਈ ਆਏ ਸੀ ਆਪਣੇ ਕੋਲ ਸੰਗਰੂਰ ਤੋਂ, ਅਤੇ ਬਾਈ ਨੇ ਬਣਾਏ ਸੀ ਫੇਸ 'ਤੇ ਸੁਖਰਤੀਏ ਦੇ ਟੈਡੂ, ਸਾਰੇ ਟੈਡੂ ਸੁਖਰਤੀ ਵਾਲੇ ਬਣਾਏ ਹੋਏ ਬਾਈ, ਸੁਖਰਤੀ ਦਾ ਬਹੁਤ ਬੜਾ ਫੈਨ ਹੈ ਬਾਈ। ਤੂੰ ਤਾਂ ਬਣਾ ਲਿਆ ਪਰ ਅੰਨੀ ਦੇ ਉਹੋ ਜਿਹੇ ਕੰਮ ਨਾ ਕਰੀ ਜਿਹੋ ਜਿਹੇ ਉਹ ਕਰੀ ਜਾਂਦਾ, ਤੂੰ ਤਾਂ ਹੀ ਪਿਸ ਜਾਏਗਾ। ਹਾਂ ਇਹ ਪਾਲ ਦਾ ਟੈਡੂ ਬਣਾ ਲਾ, ਮੈਨੂੰ ਵੀ ਤੈਨੂੰ ਵਰਗੀ ਮਿਲ ਜਾਏ ਕੋਈ। ਪੋਲੋ ਵਾਲੀ ਨਾਲ ਗੱਲ ਕਰਾਵਾਂ ਤੇਰੀ? ਵੈਸੇ ਮੈਂ ਵੀ ਮੁੰਡਿਆਂ ਦੇ ਚੱਕਰਾਂ 'ਚ ਪੈਂਦੀ ਨਹੀਂ। ਦੱਸ ਦੇ ਫੈਨ ਤਾਂ ਅਸੀਂ ਵੀ ਕਿਸੇ ਦੇ ਭੈਣ ਚੋ, ਪਰ ਇੰਨੇ ਨਹੀਂ ਕਿ ਉਹਦੇ ਨਾਂ ਦਾ ਟੈਟੂ ਬਣਾ ਲਓ। ਆ ਜਾ ਮੈਗੀ ਖਾ ਲਾ, ਕਦੇ ਨਾ ਨਾ ਕਰੀ। ਪਤਾ ਨੀ ਭੈਣ ਚੋ ਕਿੱਥੋਂ ਭੁੱਖਿਆਂ ਚੋ ਆਏ ਆ। ਆਈ ਨੀ ਸਾਲਿਆ ਤੂੰ ਲੈ ਕੇ ਆਇਆ, ਇਹ ਕਿਹੜਾ ਘੂਸਾ ਕੱਪਲ ਹੈ ਜਿਹੜਾ ਭੈਣ ਚੋ ਗਾਲਾਂ ਕੱਢਣ ਦੀ ਲੱਕ ਬੰਨਿਆ? ਅੰਨੀ ਦੇ ਜਨਾਨੀ ਦੀ ਇੱਜ਼ਤ ਕਰ ਲਾ, ਘੂਸਾ ਕਿਸੇ ਥਾਂ ਦਾ ਭੈਣ ਚੋ ਦੀ। ਉਹਨੇ ਆਖਿਆ, ਮੈਂ ਨੀ ਆਖਿਆ ਭਾਈ। ਅੱਜ ਦੇ ਲਈ ਇਹਨੇ ਵੀਡੀਓ ਲਾਈਕ ਮਾਰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਰੋਜ਼ ਆਉਂਦੇ ਰਹਿਣਗੇ। ਸੋਰੀ ਯਾਰ ਬਿਜ਼ੀ ਹੋਏ ਨਾ, ਇੱਕ ਤਾਂ ਕੰਧਾਂ ਹੀ ਬਦਲੀ ਜਾਓ ਅੰਨੀ ਦੇ ਬਾਏ।